ਅੱਜ ਇੱਕ ਡੇਰਾ ਬਾਬਾ ਨਾਨਕ ਤੋਂ ਸਰਪੰਚੀ ਦੀ ਇਲੈਕਸ਼ਨ ਜਿਹੜੀ 2 ਕਰੋੜ ਰੁਪਏ ਦੇ ਵਿੱਚ ਹੋਈ ਆ, ਉਸ ਤੋਂ ਇਲਾਵਾ ਬਹੁਤ ਸਾਰੀਆਂ ਇਲੈਕਸ਼ਨਾਂ, ਕੋਈ 35 ਲੱਖ, ਕੋਈ 5 ਲੱਖ, ਕੋਈ 10 ਲੱਖ, ਕੋਈ 50 ਲੱਖ, ਇਸ ਤਰ੍ਹਾਂ ਜਿਹੜੀਆਂ ਹੋਈਆਂ। ਮੈਂ ਇਹ ਸਮਝਦਾ ਹੈਗਾ ਕਿ ਇਸ ਹੀਰਾ ਮੰਡੀ ਦੇ ਵਿੱਚ ਡੈਮੋਕਰੇਸੀ ਦਾ ਕਤਲ ਨਹੀਂ ਹੋਇਆ, ਡੈਮੋਕਰੇਸੀ ਦਾ ਮੂੰਹ ਕਾਲਾ ਹੋਇਆ। ਮੈਨੂੰ ਇਹ ਲੱਗਦਾ ਹੈਗਾ ਕਿ ਜਿਨ੍ਹਾਂ ਲੋਕਾਂ ਕੋਲ ਪੈਸੇ ਹੈਗੇ ਆ, ਉਹ ਇਹਨਾਂ ਚੀਜ਼ਾਂ ਦੇ ਵਿੱਚ ਇਹ ਖਰੀਦ ਲਿਆ ਕਰਨਗੇ, ਸਰਪੰਚੀਆਂ, ਲੰਬੜਦਾਰੀਆਂ, ਪੰਚੀਆਂ ਇਹ ਖਰੀਦ ਲਿਆ ਕਰਨਗੇ। ਔਰ ਜਿਹੜੇ ਕਾਬਲ ਲੋਕ ਹੈਗੇ ਆ ਡੈਮੋਕਰੇਸੀ ਦੇ ਵਿੱਚ, ਜਿਹੜੇ ਪਿੰਡ ਨੂੰ ਜਿਹੜਾ ਹੈਗਾ ਪਿੰਡ ਦੀ ਤਰੱਕੀ ਲਈ, ਪਿੰਡ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੇ ਕੰਮ ਕਰ ਸਕਦੇ ਆ, ਉਹ ਤਾਂ ਫਿਰ ਇਹਨਾਂ ਬਾਰੇ ਸੋਚਣਾ ਬੰਦ ਕਰ ਦੇਣ। ਔਰ ਨਾਲ ਹੀ ਮੈਂ ਇਹ ਕਹਿੰਦਾ ਕਿ ਮੋਦੀ ਸਾਹਿਬ ਨੂੰ ਵੀ ਇਸ ਚੀਜ਼ ਲਈ ਰਿਕੁਐਸਟ ਕਰਦਾ। ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਸਬੰਧ ਦੇ ਵਿੱਚ ਲਿਖਿਆ ਕਿ ਮੋਦੀ ਸਾਹਿਬ ਬਹੁਤ ਪ੍ਰਾਊਡ ਨਾਲ ਕਹਿੰਦੇ ਆ ਕਿ ਮੈਂ ਇੱਕ ਚਾਹ ਵੇਚਣ ਵਾਲੇ ਦਾ ਲੜਕਾ ਹੈਗਾ, ਔਰ ਉਹ ਆਪਣੀ ਕਾਬਲੀਅਤ ਦੇ ਨਾਲ ਇਸ ਅਹੁਦੇ ਤੱਕ ਪਹੁੰਚੇ ਆ। ਫਿਰ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬੋਲੀ ਲਾ ਕੇ ਅੰਬਾਨੀ, ਅਡਾਨੀ ਜਾਂ ਟਾਟਾ ਬਿਰਲਾ, ਉਹ ਜਿਹੜੇ ਹੈਗੇ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਕਰਨਗੇ, ਕਿਉਂਕਿ ਉਹਨਾਂ ਕੋਲ ਬੋਲੀ ਆ ਲਾਉਣ ਲਈ ਟਾਈਮ ਹੈ। ਤੇ ਇਸੇ ਤਰ੍ਹਾਂ ਰਾਸ਼ਟਰਪਤੀ ਬਣਿਆ ਕਰਨਗੇ। ਅੱਜ ਇੱਕ ਐਮ ਐਲ ਪੰਚਾਇਤ ਦੀ ਜਿਹੜੀ ਬੋਲੀ ਹੈਗੀ ਆ 2 ਕਰੋੜ ਰੁਪਏ ਬਣੀ ਹੈਗੀ ਆ, ਕੱਲ ਨੂੰ ਇੱਕ ਕੰਸਟੀਚੁਐਂਸੀ ਦੀ ਬੋਲੀ ਆ ਜਿਹੜੀ ਉਹ 200 ਕਰੋੜ ਰੁਪਈਏ ਤੱਕ ਜਾਇਆ ਕਰੂਗੀ, ਫਿਰ ਇਸ ਤਰ੍ਹਾਂ ਮੈਂਬਰ ਪਾਰਲੀਮੈਂਟ ਦੀ ਜਾਇਆ ਕਰੂਗੀ। ਫਿਰ ਮੈਨੂੰ ਲੱਗਦਾ ਕਿ ਡੈਮੋਕਰੇਸੀ ਸ਼ਬਦ ਹੈ ਜਿਹੜਾ ਇਹਨੂੰ ਜਿਹੜਾ ਹੈਗਾ ਸਕ੍ਰੈਪ ਕਰ ਦੇਣਾ ਚਾਹੀਦਾ, ਔਰ ਕੰਸਟੀਚਿਊਸ਼ਨ ਦੀ ਵੀ ਇਸ ਤਰੀਕੇ ਦੇ ਨਾਲ ਕੋਈ ਜ਼ਰੂਰਤ ਨਹੀਂ ਹੈਗੀ। ਜੇ ਦੇਖਿਆ ਜਾਵੇ ਤਾਂ ਡੈਮੋਕਰੇਸੀ ਦਾ ਜਿਹੜਾ ਮੇਨ ਜਿਹਨੂੰ ਬੁਨਿਆਦ ਕਹਿੰਦੇ ਆ ਉਹ ਜਿਹੜੀ ਪੰਚਾਇਤ ਹੈਗੀ ਆ, ਪੰਚਾਇਤ ਤੋਂ ਲੈ ਕੇ ਰਾਸ਼ਟਰਪਤੀ ਤੱਕ ਡੈਮੋਕਰੇਸੀ ਹੈ ਜਿਹੜੀ, ਉਹ ਸਾਡੇ ਪਿੱਲਰ ਹੈਗੇ ਆ। ਜੇ ਇਸ ਤਰ੍ਹਾਂ ਵਿਕਣੀਆਂ ਸ਼ੁਰੂ ਹੋ ਜਾਣਗੀਆਂ, ਔਰ ਨਾਲ ਦੀ ਨਾਲ ਮੈਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਵੀ ਤਾਕੀਦ ਕੀਤੀ ਆ ਕਿ ਇਹ ਇਲੈਕਸ਼ਨਾਂ ਇਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਹੋਈਆਂ ਉਹਨਾਂ ਨੂੰ ਸਕ੍ਰੈਪ ਕੀਤਾ ਜਾਵੇ, ਔਰ ਕਾਬਲ ਬੰਦਿਆਂ ਨੂੰ ਚੋਣ ਜਿਹੜੀ ਹੈਗੀ ਆ ਜਾਬਤੇ ਦੇ ਵਿੱਚ ਲਿਆਂਦਾ ਜਾਵੇ। ਇਹ ਸਾਰਾ ਕੁਝ ਜਿਹੜੇ ਇਹ ਮਸਲੇ ਖੜੇ ਕੀਤੇ ਹੈਗੇ ਆ, ਇਹ ਮੌਜੂਦਾ ਸਰਕਾਰ ਨੇ ਖੜੇ ਕੀਤੇ ਆ। ਸਭ ਤੋਂ ਪਹਿਲੀ ਜਿਹੜੀ ਰਿਸ਼ਵਤ ਦੀ ਕੁੰਡੀ ਸਿਟੀ ਹੈ ਉਹ ਇਹਨਾਂ ਨੇ ਸਿਟੀ ਹੈ ਕਿ ਅਸੀਂ ਉਸ ਪੰਚਾਇਤ ਨੂੰ 5 ਲੱਖ ਰੁਪਈਏ ਦੇਵਾਂਗੇ, ਔਰ ਉਸ ਤੋਂ ਬਾਅਦ ਇਹ ਕੁੰਡੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ, ਔਰ ਇਹ ਜਿਹੜੀਆਂ ਹੈਗੀਆਂ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਣਗੀਆਂ। ਅੱਜ ਇੱਕ ਡੇਰਾ ਬਾਬਾ ਨਾਨਕ ਤੋਂ ਸਰਪੰਚੀ ਦੀ ਇਲੈਕਸ਼ਨ ਜਿਹੜੀ 2 ਕਰੋੜ ਰੁਪਏ ਦੇ ਵਿੱਚ ਹੋਈ ਆ, ਉਸ ਤੋਂ ਇਲਾਵਾ ਬਹੁਤ ਸਾਰੀਆਂ ਇਲੈਕਸ਼ਨਾਂ, ਕੋਈ 35 ਲੱਖ, ਕੋਈ 5 ਲੱਖ, ਕੋਈ 10 ਲੱਖ, ਕੋਈ 50 ਲੱਖ, ਇਸ ਤਰ੍ਹਾਂ ਜਿਹੜੀਆਂ ਹੋਈਆਂ। ਮੈਂ ਇਹ ਸਮਝਦਾ ਹੈਗਾ ਕਿ ਇਸ ਹੀਰਾ ਮੰਡੀ ਦੇ ਵਿੱਚ ਡੈਮੋਕਰੇਸੀ ਦਾ ਕਤਲ ਨਹੀਂ ਹੋਇਆ, ਡੈਮੋਕਰੇਸੀ ਦਾ ਮੂੰਹ ਕਾਲਾ ਹੋਇਆ। ਮੈਨੂੰ ਇਹ ਲੱਗਦਾ ਹੈਗਾ ਕਿ ਜਿਨ੍ਹਾਂ ਲੋਕਾਂ ਕੋਲ ਪੈਸੇ ਹੈਗੇ ਆ, ਉਹ ਇਹਨਾਂ ਚੀਜ਼ਾਂ ਦੇ ਵਿੱਚ ਇਹ ਖਰੀਦ ਲਿਆ ਕਰਨਗੇ, ਸਰਪੰਚੀਆਂ, ਲੰਬੜਦਾਰੀਆਂ, ਪੰਚੀਆਂ ਇਹ ਖਰੀਦ ਲਿਆ ਕਰਨਗੇ। ਔਰ ਜਿਹੜੇ ਕਾਬਲ ਲੋਕ ਹੈਗੇ ਆ ਡੈਮੋਕਰੇਸੀ ਦੇ ਵਿੱਚ, ਜਿਹੜੇ ਪਿੰਡ ਨੂੰ ਜਿਹੜਾ ਹੈਗਾ ਪਿੰਡ ਦੀ ਤਰੱਕੀ ਲਈ, ਪਿੰਡ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੇ ਕੰਮ ਕਰ ਸਕਦੇ ਆ, ਉਹ ਤਾਂ ਫਿਰ ਇਹਨਾਂ ਬਾਰੇ ਸੋਚਣਾ ਬੰਦ ਕਰ ਦੇਣ। ਔਰ ਨਾਲ ਹੀ ਮੈਂ ਇਹ ਕਹਿੰਦਾ ਕਿ ਮੋਦੀ ਸਾਹਿਬ ਨੂੰ ਵੀ ਇਸ ਚੀਜ਼ ਲਈ ਰਿਕੁਐਸਟ ਕਰਦਾ। ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਸਬੰਧ ਦੇ ਵਿੱਚ ਲਿਖਿਆ ਕਿ ਮੋਦੀ ਸਾਹਿਬ ਬਹੁਤ ਪ੍ਰਾਊਡ ਨਾਲ ਕਹਿੰਦੇ ਆ ਕਿ ਮੈਂ ਇੱਕ ਚਾਹ ਵੇਚਣ ਵਾਲੇ ਦਾ ਲੜਕਾ ਹੈਗਾ, ਔਰ ਉਹ ਆਪਣੀ ਕਾਬਲੀਅਤ ਦੇ ਨਾਲ ਇਸ ਅਹੁਦੇ ਤੱਕ ਪਹੁੰਚੇ ਆ। ਫਿਰ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬੋਲੀ ਲਾ ਕੇ ਅੰਬਾਨੀ, ਅਡਾਨੀ ਜਾਂ ਟਾਟਾ ਬਿਰਲਾ,
ਉਹ ਜਿਹੜੇ ਹੈਗੇ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਕਰਨਗੇ ਕਿਉਂਕਿ ਉਹਨਾਂ ਕੋਲ ਬੋਲੀ ਆ ਲਾਉਣ ਲਈ ਟਾਈਮ ਹੈ ਤੇ ਇਸੇ ਤਰ੍ਹਾਂ ਰਾਸ਼ਟਰਪਤੀ ਬਣਿਆ ਕਰਨਗੇ। ਅੱਜ ਇੱਕ ਐਮਐਲ ਪੰਚਾਇਤ ਦੀ ਜਿਹੜੀ ਬੋਲੀ ਹੈਗੀ ਆ 2 ਕਰੋੜ ਰੁਪਏ ਬਣੀ ਹੈਗੀ ਆ, ਕੱਲ ਨੂੰ ਇੱਕ ਕੰਸਟੀਚੁਐਂਸੀ ਦੀ ਬੋਲੀ ਆ ਜਿਹੜੀ ਉਹ 200 ਕਰੋੜ ਰੁਪਈਏ ਤੱਕ ਜਾਇਆ ਕਰੂਗੀ, ਫਿਰ ਇਸ ਤਰ੍ਹਾਂ ਮੈਂਬਰ ਪਾਰਲੀਮੈਂਟ ਦੀ ਜਾਇਆ ਕਰੂਗੀ, ਫਿਰ ਮੈਨੂੰ ਲੱਗਦਾ ਕਿ ਡੈਮੋਕਰੇਸੀ ਸ਼ਬਦ ਹੈ ਜਿਹੜਾ ਇਹਨੂੰ ਜਿਹੜਾ ਹੈਗਾ ਸਕ੍ਰੈਪ ਕਰ ਦੇਣਾ ਚਾਹੀਦਾ। ਔਰ ਕੰਸਟੀਚਿਊਸ਼ਨ ਦੀ ਵੀ ਇਸ ਤਰੀਕੇ ਦੇ ਨਾਲ ਕੋਈ ਜ਼ਰੂਰਤ ਨਹੀਂ ਹੈਗੀ। ਜੇ ਦੇਖਿਆ ਜਾਵੇ ਤਾਂ ਡੈਮੋਕਰੇਸੀ ਦਾ ਜਿਹੜਾ ਮੇਨ ਜਿਹਨੂੰ ਬੁਨਿਆਦ ਕਹਿੰਦੇ ਆ ਉਹ ਜਿਹੜੀ ਪੰਚਾਇਤ ਹੈਗੀ ਆ, ਪੰਚਾਇਤ ਤੋਂ ਲੈ ਕੇ ਰਾਸ਼ਟਰਪਤੀ ਤੱਕ ਡੈਮੋਕਰੇਸੀ ਹੈ ਜਿਹੜੀ ਉਹ ਸਾਡੇ ਪਿੱਲਰ ਹੈਗੇ ਆ। ਜੇ ਇਸ ਤਰ੍ਹਾਂ ਵਿਕਣੀਆਂ ਸ਼ੁਰੂ ਹੋ ਜਾਣਗੀਆਂ, ਔਰ ਨਾਲ ਦੀ ਨਾਲ ਮੈਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਵੀ ਤਾਕੀਦ ਕੀਤੀ ਆ ਕਿ ਇਹ ਇਲੈਕਸ਼ਨਾਂ ਇਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਹੋਈਆਂ ਉਹਨਾਂ ਨੂੰ ਸਕ੍ਰੈਪ ਕੀਤਾ ਜਾਵੇ ਔਰ ਕਾਬਲ ਬੰਦਿਆਂ ਨੂੰ ਚੋਣ ਜਿਹੜੀ ਹੈਗੀ ਆ ਜਾਬਤੇ ਦੇ ਵਿੱਚ ਲਿਆਂਦਾ ਜਾਵੇ। ਇਹ ਸਾਰਾ ਕੁਝ ਜਿਹੜੇ ਇਹ ਮਸਲੇ ਖੜੇ ਕੀਤੇ ਹੈਗੇ ਆ ਇਹ ਮੌਜੂਦਾ ਸਰਕਾਰ ਨੇ ਖੜੇ ਕੀਤੇ ਆ। ਸਭ ਤੋਂ ਪਹਿਲੀ ਜਿਹੜੀ ਰਿਸ਼ਵਤ ਦੀ ਕੁੰਡੀ ਸਿਟੀ ਹੈ ਉਹ ਇਹਨਾਂ ਨੇ ਸਿਟੀ ਹੈ ਕਿ ਅਸੀਂ ਉਸ ਪੰਚਾਇਤ ਨੂੰ 5 ਲੱਖ ਰੁਪਏ ਦੇਵਾਂਗੇ, ਔਰ ਉਸ ਤੋਂ ਬਾਅਦ ਇਹ ਕੁੰਡੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਔਰ ਇਹ ਜਿਹੜੀਆਂ ਹੈਗੀਆਂ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਣਗੀਆਂ।